ਆਹ ਬੱਸ ਹੈਗੀ ਆ, ਸਾਡਾ ਯਾਰ ਦੋਸਤ ਖੋਲਿਆ ਸਾਡੇ ਤੋਂ, ਹੁਣ ਇਹ ਮੰਨਦੇ ਨਹੀਂ ਪਏ ਆ। ਆਹ ਬੱਸ ਹੈਗੀ ਆ, ਆਹ ਦੇਖੋ ਜੀ, ਆਹ ਬੱਸ ਆਹੋ, ਆਹ ਬੱਸ ਹੈਗੀ ਆ। ਆ ਇੱਧਰ ਮੁੰਡਾ ਇੰਨਾ ਵੀ ਇੰਨਾ ਨਹੀਂ ਹੈਗਾ, ਆਹ ਦੇਖੋ ਜੀ, ਆਹ ਮੇਨ ਕੋਈ ਵੀ ਹੁੰਦਾ ਕਿ ਉਹਨੂੰ ਮੇਨ ਰੋਡ 'ਤੇ ਬੱਸ ਨਾ ਦਿਖਾਈ ਦੇਵੇ। ਆਹ ਦੇਖੋ, ਆਹ ਐਕਟੀਵਾ ਦਾ ਸਮਾਨ ਪਿਆ ਉਹਦਾ, ਕਿੱਟ ਲੈਣ ਚੱਲੇ ਸੀਗੇ ਇਹ ਲਾਡੋਵਾਲ ਦੇ ਨੇੜੇ, ਫੋਨ ਆਇਆ ਸੀ ਇਹਨਾਂ ਨੂੰ ਅਤੇ ਕਹਿੰਦੇ ਅਸੀਂ ਲਾਡੋਵਾਲ ਜਾ ਰਹੇ ਹਾਂ। ਉਸ ਤੋਂ ਪਹਿਲਾਂ ਹੀ LDQ ਕਲੋਨੀ ਦੇ ਕੋਲ ਇਹਨਾਂ ਦੇ ਨਾਲ ਹਾਦਸਾ ਹੋ ਜਾਂਦਾ, ਇੱਕ ਹਿਮਾਚਲ ਦੀ ਬੱਸ ਹੁੰਦੀ ਆ ਜਿਹੜਾ ਇਹਨਾਂ ਦੇ ਮਤਲਬ ਕਿ ਅਗਲੀ ਟਾਇਰ 'ਤੇ ਜਾ ਕੇ ਨਾ ਮਤਲਬ ਲੱਗ ਜਾਂਦੀ ਆ, ਐਕਟੀਵਾ ਪੂਰੀ ਟੁੱਟ ਜਾਂਦੀ ਹੈ ਅਤੇ ਮੌਕੇ 'ਤੇ ਇਹਨਾਂ ਦੀ ਵਾਈਫ ਦੇ ਮਤਲਬ ਕਿ ਲੱਤ ਟੁੱਟ ਜਾਂਦੀ ਹੈ ਅਤੇ ਉਹਦੇ ਜਿਹੜਾ ਮੇਰਾ ਦੋਸਤ ਹੈ ਉਹਦੀ ਮਤਲਬ ਕਿ ਲੱਤ ਬਹੁਤ ਫ੍ਰੈਕਚਰ ਹੋ ਗਈ ਜੀ। ਰਾਹੁਲ ਸ਼ਰਮਾ ਏਜ ਹੈਗੀ ਹੈ ਜੀ 25 ਸਾਲ ਹੈਗੀ ਜੀ। ਮੈਰਿਜ ਨੂੰ 4 ਸਾਲ ਹੋ ਗਏ ਸਰ। ਉਹਨਾਂ ਦੀ ਮਿਸਿਜ਼ ਦਾ ਬਹੁਤ ਮਾੜਾ ਕੰਡੀਸ਼ਨ ਹੈਗੀ ਹੈ, ਠੀਕ ਹੈ ਜੀ, ਤੇ ਇਕੱਲਾ ਇਕੱਲਾ ਮੁੰਡਾ ਕਰਦਾ ਜੀ। ਇਹ ਪਰਿਵਾਰ ਇਹਨਾਂ ਦਾ ਹਰਿਆਣੇ ਦਾ ਰਹਿਣ ਵਾਲਾ ਹੈ, ਬਾਕੀ ਇੱਥੇ ਲੁਧਿਆਣੇ ਹਲੇ ਫਿਲਹਾਲ ਰਹਿੰਦੇ ਨੇ, ਇੱਥੇ ਕੰਮ ਕਾਰ ਹੈਗਾ ਜੀ ਸੰਧੂ ਨਗਰ ਦੇ ਲਾਗੇ, ਕੇਰ ਸਿੰਘ ਨਗਰ ਹੈਗਾ, ਉੱਥੇ ਰਹਿੰਦੇ ਸਰ। ਵਾਈਫ ਦੀ ਕੰਡੀਸ਼ਨ ਇਹ ਹੈ ਕਿ ਲੱਤ ਫ੍ਰੈਕਚਰ ਹੋਈ ਹੋਈ ਹੈ ਅਤੇ ਡਾਕਟਰ ਕਹਿੰਦੇ ਟ੍ਰੀਟਮੈਂਟ ਚੱਲ ਰਿਹਾ ਵਾ ਅਤੇ ਮੁੰਡਾ ਪੂਰਾ ਹੋਇਆ। ਪਰਿਵਾਰ ਨੂੰ ਇੱਦਾਂ ਪਤਾ ਲੱਗਿਆ ਵਾ ਕਿ ਜਿਹੜੀ ਇਹਨਾਂ ਦੀ ਮਿਸਿਜ਼ ਸੀਗੀ ਉਹਨਾਂ ਨੇ ਆਪਣੇ ਭਰਾ ਦਾ ਨੰਬਰ ਕਿਸੇ ਉੱਥੇ ਜੂਸ ਵਾਲੇ ਜਿਹੜੇ ਖੜਦੇ ਆ ਹਾਈਵੇ ਦੇ ਲਾਗੇ ਉਹਨਾਂ ਨੂੰ ਦੱਸਿਆ, ਉਹਨਾਂ ਨੇ ਫੋਨ ਕੀਤਾ ਅਤੇ ਚਲਾ ਦਿੱਤੀ ਹੈ ਤਾਂ ਫਿਰ ਉਹਦਾ ਸਾਲਾ ਪਹੁੰਚਿਆ ਵਾ। ਹਾਂਜੀ, ਕੰਡਕਟਰ ਸੀਗਾ ਉਹ ਫੜਿਆ ਗਿਆ ਵਾ, ਕੰਡਕਟਰ ਹੀ ਚਲਾ ਰਿਹਾ ਸੀਗਾ। ਯੈਸ ਸਰ, ਡਰਾਈਵਰ ਨਹੀਂ ਸੀਗਾ, ਕੰਡਕਟਰ ਹੀ ਚਲਾ ਰਿਹਾ ਸੀਗਾ। ਹਾਂਜੀ, ਅਤੇ ਦਾਰੂ ਵੀ ਪੀਤੀ ਹੋਈ ਸੀ ਕੰਡਕਟਰ ਨੇ। ਹਾਂਜੀ, ਸਲੇਮ ਟਾਪੜੀ 'ਚ ਦਰਖਾਸਤ ਦਿੱਤੀ ਹੈ, ਉਹ ਕਹਿੰਦੇ ਜੀ ਅਸੀਂ ਕਾਰਵਾਈ ਕਰ ਰਹੇ ਹਾਂ। ਹਾਂਜੀ ਸਰ, ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਜੀ? ਪ੍ਰਸ਼ਾਸਨ ਤੋਂ ਅਸੀਂ ਕੀ ਮੰਗ ਕਰ ਸਕਦੇ ਹਾਂ ਸਰ ਜੀ, ਹੁਣ ਤਾਂ ਸਾਡਾ ਦੋਸਤ ਨਹੀਂ ਆ ਸਕਦਾ, ਪਰ ਇੱਕ ਪਰਿਵਾਰ ਨੂੰ, ਇੱਕ ਮਾਂ ਨੂੰ ਉਹਦਾ ਬੇਟਾ ਮਿਲਣਾ ਚਾਹੀਦਾ, ਉਹ ਤਾਂ ਮਿਲ ਨਹੀਂ ਸਕਦਾ ਜੀ। ਇੱਕ ਘਰਵਾਲੀ ਨੂੰ ਉਹਦਾ ਆਦਮੀ ਮਿਲਣਾ ਚਾਹੀਦਾ, ਉਹ ਨਹੀਂ ਮਿਲ ਸਕਦਾ। ਇੱਕ ਬੱਚੀ ਨੂੰ ਉਹਦਾ ਪਿਓ ਨਹੀਂ ਮਿਲ ਸਕਦਾ ਜੀ ਸਰ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਕੰਡਕਟਰ ਅਤੇ ਬੱਸ ਡਰਾਈਵਰ 'ਤੇ ਪੂਰੀ ਪੂਰੀ ਕਾਰਵਾਈ ਹੋਵੇ, ਠੀਕ ਹੈ ਜੀ, ਅਤੇ ਇਨਸਾਫ ਦਾ ਅਸੀਂ ਉਮੀਦ ਰੱਖਦੇ ਹਾਂ। ਮੇਰਾ ਨਾਮ ਰਵੀ ਹੈ। ਕੀ ਮਾਮਲਾ ਕੀ ਹੋਇਆ ਜਲੰਧਰ ਬਾਈਪਾਸ ਨੇੜੇ? ਜਲੰਧਰ ਮੇਰੇ ਜੀਜਾ ਅਤੇ ਮੇਰੀ ਭੈਣ ਜਾ ਰਹੇ ਸੀਗੇ ਕਿਸੇ ਕੰਮ ਤੋਂ ਆਪਣਾ ਲਾਡੋਵਾਲ ਸਾਈਡ, ਅਤੇ ਆਪਣਾ LDQ ਆਪਣਾ ਕਲੋਨੀ ਉਹਦੇ ਅੱਗੇ ਜਾ ਕੇ ਐਕਸੀਡੈਂਟ ਹੋ ਗਿਆ ਇਹਨਾਂ ਦਾ, ਬੱਸ ਵਾਲੇ ਨੇ ਸਾਈਡ ਮਾਰਤੀ ਸੀ ਅਤੇ ਉੱਥੇ ਕਿਸੇ ਬੰਦੇ ਨੇ ਮੈਨੂੰ ਫੋਨ ਕੀਤਾ, ਮੈਂ ਗਿਆ ਅਤੇ ਬੱਸ ਵਾਲੇ ਨੇ ਵੀ ਦਾਰੂ ਪੀਤੀ ਹੋਈ ਸੀਗੀ ਅਤੇ ਬੱਸ ਵਾਲਾ ਸਾਈਡ ਮਾਰ ਕੇ ਭੱਜਣ ਦੇ ਕੋਲ ਉਸਨੇ PCR ਪੁਲਿਸ ਵਾਲੇ ਨੇ ਫੜ ਲਿਆ ਉਹਨੂੰ ਅਤੇ ਉਹ ਆਪਣਾ ਇੱਥੇ ਸਲੇਮ ਟਾਪਰੀ 'ਚ ਆਪਣੇ ਨਹੀਂ ਖਾਲੀ ਬੱਸ ਸੀਗੀ। ਮੈਰਿਜ 5 ਸਾਲ ਹੋ ਗਏ, ਛੋਟੀ ਕੁੜੀ ਹੈਗੀ ਤੇ ਆਪਣੇ ਮੁੰਡੇ ਦੀ ਡੈਥ ਹੋ ਗਈ। ਪ੍ਰਸ਼ਾਸਨ ਨੂੰ ਮੰਗ ਕਰਦੇ ਆਪਣਾ ਕਾਰਵਾਈ ਕੀਤੀ ਜਾਵੇ ਡਰਾਈਵਰ 'ਤੇ, ਆਪਣੇ ਕਹਿੰਦੇ ਸਹੀ।
ਕੰਮ ਕੀ ਕਰਦਾ ਤੂੰ ਮੁੰਡਾ? ਮੁੰਡਾ ਆਪਣਾ ਕੰਮ ਕਰਦਾ ਸੈਕਟਰੀ 'ਚ, ਸੁਪਰਵਾਈਜ਼ਰ ਸੀਗਾ। ਸੁਪਰਵਾਈਜ਼ਰ ਸੀ। ਇਹ ਕਿੱਥੇ ਕਿੱਥੇ ਜਾ ਰਿਹਾ ਸੀ, ਕਿੱਥੋਂ ਆਇਆ? ਆਪਣਾ ਹੈਬੋਵਾਲ ਤੋਂ ਆਪਣਾ ਲਾਡੋਵਾਲ ਜਾ ਰਿਹਾ ਸੀ ਕਿਸੇ ਕੰਮ 'ਚ। ਅੱਛਾ, ਠੀਕ ਹੈ।